ਹਾਲ ਹੀ ਚ ਐਕਟਰ ਪ੍ਰੋਡਿਊਸਰ ਗੁਲਜ਼ਾਰ ਇੰਦਰ ਚਹਿਲ ਨੂੰ ਕੀਤਾ ਗਿਆ ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਸਪੌਟ। ਗੁਲਜ਼ਾਰ ਹੀਰ ਰਾਂਝਾ ਤੇ ਜੱਗ ਜਿਉਂਦਿਆਂ ਦੇ ਮੇਲੇ ਵਰਗੀਆਂ ਫਿਲਮਾਂ ਪ੍ਰੋਡਿਊਸ ਕਰ ਚੁੱਕੇ ਨੇ ਤੇ ਦਿਲ ਤੇ ਇਹਨੂੰ ਕਰਦਾ ਹੈ ਪਿਆਰ। ਫਿਲਮ ਵਿੱਚ ਲੀਡ ਰੋਲ ਵਿੱਚ ਵੀ ਰਹਿ ਚੁੱਕੇ ਨੇ ਤੇ ਆਪਣੀ ਐਕਟਿੰਗ ਦੇ ਲਈ ਐਪਰੀਸ਼ੀਏਟ ਵੀ ਕੀਤੇ ਗਏ ਨੇ। ਪੰਜਾਬੀ ਫਿਲਮਸ ਵਿੱਚ ਆਪਣਾ ਹੱਥ ਅਜ਼ਮਾਉਣ ਦੇ ਬਾਅਦ ਗੱਭਰੂ ਜਵਾਨ ਗੁਲਜ਼ਾਰ ਨੇ ਦੱਸਿਆ ਹੈ ਕਿ ਉਹ ਇਸ ਸਾਲ ਬਾਲੀਵੁੱਡ ਮੂਵੀਜ਼ ਪ੍ਰੋਡਿਊਸ ਕਰਨ ਦਾ ਪਲਾਨ ਬਣਾ ਰਹੇ ਨੇ। I'm going to Bollywood. We are producing three or four films this year. So the main agenda is just shifted from Punjabi films as of now to Bollywood. ਪਿਛਲੇ ਦਿਨਾਂ ਵਿੱਚ IPL ਦਾ ਖੁਮਾਰ ਸਾਰਿਆਂ ਦੇ ਸਿਰ ਤੇ ਚੜ੍ਹ ਕੇ ਬੋਲ ਰਿਹਾ ਸੀ। ਹਰ ਕੋਈ ਆਪਣੀ ਫੇਵਰੇਟ ਟੀਮ ਨੂੰ ਸਪੋਰਟ ਕਰਦਾ ਦਿਖਾਈ ਦਿੰਦਾ ਸੀ। ਅੰਡਰ 15 ਇੰਡੀਅਨ ਟੀਮ ਦੇ ਖਿਡਾਰੀ ਰਹਿ ਚੁੱਕੇ ਗੁਲਜ਼ਾਰ ਇੰਦਰ ਨੇ ਵੀ ਆਪਣੀ ਫੇਵਰੇਟ ਟੀਮ ਬਾਰੇ ਦੱਸਿਆ। Well, I was supporting all the good cricketers because I myself played cricket while and sare mere dost ne kafi so but in the end aake Kings 11 Punjab ne support karna si so dukh bhi hoya vi haar gaye but I think the better side won. Kolkata Knight Riders I think played really well, unna vadhiya khede jithe gal cricket di ho rahi hove ta football FIFA World Cup kive piche reh sakda si hun jande ha Inder da FIFA bare ki kehna hai। FIFA I watch every match, I think every day ਅਤੇ ਮਜ਼ਾ ਆ ਰਿਹਾ ਮੈਚਸ ਦੇਖ ਕੇ। ਸਾਊਥ ਅਮੈਰੀਕਨ ਟੀਮਸ ਨੇ ਜਿਹੜੀਆਂ ਦੇ ਆਰ ਔਸਮ ਅਤੇ ਉਹਨਾਂ ਨੂੰ ਦੇਖ ਰਿਹਾ। ਅਰਜਨਟੀਨਾ ਬ੍ਰਾਜ਼ੀਲ ਆਈ ਥਿੰਕ ਦੇ ਆਰ ਅਮੇਜ਼ਿੰਗ, ਵਧੀਆ ਲੱਗ ਰਹੀਆਂ ਸਾਰੀ। ਇਸੇ ਦੇ ਚੱਲਦੇ ਇੰਦਰ ਨੇ ਵੀ ਕਿਹਾ ਕਿ ਉਹਨਾਂ ਦਾ ਪੂਰਾ ਫੋਕਸ ਹਜੇ ਪ੍ਰੋਡਕਸ਼ਨ ਵਿੱਚ ਹੈ ਅਤੇ ਉਹ ਪੰਜਾਬੀ ਫਿਲਮਾਂ ਦਾ ਰੁੱਖ ਅਜੇ ਰੁੱਕ ਕੇ ਕਰਨਗੇ। ਸਾਰਾ ਮੇਰਾ ਦੱਸ ਇਸ ਫੋਕਸ ਜਿਹੜਾ ਵੀ ਜਸਟ ਸਟਾਰਟਡ ਵਿਦ ਅ ਬਿਗ ਪ੍ਰੋਡਕਸ਼ਨ ਕੰਪਨੀ ਅਤੇ ਸਾਰਾ ਹੁਣ ਫੋਕਸ ਸਾਡਾ ਪ੍ਰੋਡਕਸ਼ਨ 'ਚ ਹੈ, ਮੋਸਟਲੀ ਬਾਲੀਵੁੱਡ, ਕਿਉਂਕਿ ਪੰਜਾਬੀ 'ਚ ਹਜੇ ਵੀ ਆਰ ਟੇਕਿੰਗ ਅ ਬ੍ਰੇਕ। ਇੱਕ ਅੱਧਾ ਸਾਲ ਰੁੱਕ ਕੇ ਅਸੀਂ ਫਿਰ ਉਦੋਂ ਬਾਅਦ ਆਵਾਂਗੇ ਵਾਪਸ ਹਜੇ, ਬਿਕੋਜ਼ ਹਜੇ ਪੰਜਾਬੀ ਇੰਡਸਟਰੀ ਨੂੰ ਥੋੜ੍ਹਾ ਟਾਈਮ ਲੱਗੂ ਹਜੇ ਸਟੇਬਲਾਈਜ਼ ਹੋਣ ਨੂੰ, ਇਨਵੈਸਟਰਸ ਨੂੰ ਖੁਸ਼ ਕਰਨ ਲਈ ਉਹਨਾਂ ਨੂੰ। ਸੋ ਬੈਟਰ ਰਿਟਰਨਸ ਨੇ ਬਾਲੀਵੁੱਡ ਦੀਆਂ ਉਹ ਕਰ ਰਹੇ ਇਸ ਸਾਲ। ਇਸ ਦੇ ਨਾਲ ਹੀ ਅਸੀਂ ਵਿਸ਼ ਕਰਦੇ ਹਾਂ ਕਿ ਜਿਵੇਂ ਗੁਲਜ਼ਾਰ ਇੰਦਰ ਚਹਿਲ ਦਾ ਸਿੱਕਾ ਪੰਜਾਬੀ ਫਿਲਮਾਂ ਵਿੱਚ ਆਪਣਾ ਜਾਦੂ ਬਿਖੇਰ ਗਿਆ, ਉਵੇਂ ਹੀ ਬਾਲੀਵੁੱਡ ਵਿੱਚ ਵੀ ਉਹਨਾਂ ਦੀ ਮੂਵੀਜ਼ ਸਕਸੈਸਫੁਲ ਰਹਿਣ। ਐਂਟਰਟੇਨਮੈਂਟ ਡੈਸਕ ਤੋਂ ਪ੍ਰਭਜੋਤ ਕੌਰ ਬਾਵਾ ਦੇ ਲਈ ਕੌਮਿਤਾ ਮਿਨਹਾਸ, ਡੇ ਐਂਡ ਨਾਈਟ ਨਿਊਜ਼। ਖਬਰੋਂ ਕੀ ਦੁਨੀਆ ਮੇ ਆਈਏ, ਹਮਾਰੇ ਸਾਥ ਕਹੀਂ ਭੀ ਔਰ ਕਭੀ ਭੀ ਜੁੜੀਏ। ਹਮ ਮਿਲੇਂਗੇ ਫੇਸਬੁੱਕ ਪਰ, ਹਮ ਦਿਖੇਂਗੇ ਯੂਟਿਊਬ ਪਰ, ਹਮੇ ਫਾਲੋ ਕੀਜੀਏ ਟਵਿਟਰ ਪਰ। ਖਬਰੋਂ ਕੇ ਸਾਥ ਬਨੇ ਰਹੀਏ ਰਾਤ ਦਿਨ।